ਗਿਆ ਸੀ ਮਿਸਤਰੀ ਦਾ ਕੰਮ ਕਰਨ, ਲੇਕਿਨ ਕੀ ਪਤਾ ਸੀ ਕਿ ਇਹ ਕੰਮ ਉਸ ਦੀ ਜ਼ਿੰਦਗੀ ਦਾ ਅਖੀਰਲਾ ਕੰਮ ਹੋਵੇਗਾ। ਪਰਿਵਾਰ ਦਾ ਰੋ ਰੋ ਕੇ ਹੋ ਰਿਹਾ ਹੈ ਬੁਰਾ ਹਾਲ। ਜੋ ਇਹ ਤੁਸੀਂ ਤਸਵੀਰ ਵੇਖ ਰਹੇ ਹੋ, ਇਸ ਨੌਜਵਾਨ ਨੂੰ ਕੀ ਪਤਾ ਸੀ ਕਿ ਇਹ ਮਜ਼ਦੂਰੀ ਉਸ ਦੀ ਜ਼ਿੰਦਗੀ ਦੀ ਅਖੀਰਲੀ ਮਜ਼ਦੂਰੀ ਹੋਵੇਗੀ। ਇਸ ਤਰ੍ਹਾਂ ਦਾ ਹੀ ਭਾਣਾ ਵਰਤਿਆ ਹੈ ਇਸ ਨੌਜਵਾਨ ਹਰਵਿੰਦਰ ਸਿੰਘ ਨਾਲ, ਜੋ ਕਿ ਮਿਸਤਰੀ ਦਾ ਕੰਮ ਕਰਨ ਵਾਲਾ ਨੌਜਵਾਨ ਸਮਾਣਾ ਦੇ ਪਿੰਡ ਖੱਤਰੀਵਾਲ ਦਾ ਰਹਿਣ ਵਾਲਾ ਸੀ ਅਤੇ ਦੁਕਾਨ 'ਤੇ ਜਦੋਂ ਫੀਤੇ ਨਾਲ ਮਿਹਨਤੀ ਕਰ ਰਿਹਾ ਸੀ ਤਾਂ ਅਚਾਨਕ ਹੀ ਬਿਜਲੀ ਦੀਆਂ ਤਾਰਾਂ ਨਾਲ ਟੱਚ ਹੋ ਗਿਆ ਅਤੇ ਬਿਜਲੀ ਦੇ ਕਰੰਟ ਨਾਲ ਜਾਲ ਲੱਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਕੁਝ ਮਹੀਨੇ ਪਹਿਲਾਂ ਹੀ ਸ਼ਾਦੀ ਹੋਈ ਸੀ। ਪਰਿਵਾਰ ਦਾ ਰੋ ਰੋ ਕੇ ਹੋ ਰਿਹਾ ਹੈ ਬੁਰਾ ਹਾਲ। ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਇਸ ਨੌਜਵਾਨ ਨਾਲ ਭਾਣਾ ਵਰਤਿਆ ਹੈ, ਹੋਰ ਕਿਸੇ ਵੀ ਵਿਅਕਤੀ ਨਾਲ ਇਸ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਵਾਪਰੇ। ਚਰਨ ਸਿੰਘ ਜੀ, ਚਰਨ ਸਿੰਘ ਸੀ ਜੀ, ਆਪਣੇ ਖੱਤਰੀ ਵਾਲੇ ਦਾ ਸੀ ਜੀ। 6 ਸਾਲ ਹੋ ਗਏ ਤਕਰੀਬਨ ਡੈਥ ਜੀ। ਕਿਸੇ ਦੇ ਕੰਮ ਕਰਨ ਗਿਆ ਸੀ, ਉਰੇ ਬੱਤਰਾ ਹੈ ਕੋਈ ਮੋਬਾਈਲਾਂ ਵਾਲੇ, ਉਹਨੇ ਦੁਕਾਨ ਬਣ ਰਹੀ ਹੈ, ਨਵੀਂ ਬਣ ਰਹੀ ਹੈ ਦੁਕਾਨ। ਉਹ ਜੋ ਫੀਤਾ ਲਾਇਆ, ਫੀਤਾ ਉੱਪਰ ਲੈਨ ਨਾਲ ਲਵੇ ਲੈਨ ਸੀ ਜੀ, ਉੱਪਰ ਫੀਤਾ ਲੈਨ ਨਾਲ ਲੱਗ ਗਿਆ ਜੀ, ਗਲਤੀ ਨਾਲ ਲੈਨ ਨਾਲ ਲੱਗ ਗਿਆ ਜੀ, ਉਹਦੇ ਨਾਲ ਉਹਦੀ ਡੈਥ ਹੋ ਗਈ ਨਾਲ ਦੇ। ਹਾਂਜੀ ਹਾਂ, ਕਰੰਟ ਲੱਗਣ ਤੋਂ ਬਾਅਦ ਭੱਜਿਆ ਬਾਹਰ, ਇਹ ਗਿਰ ਗਿਆ ਜੀ, ਬੇਹੋਸ਼ ਹੋ ਗਿਆ ਨਾਲ ਦੇ ਨਾਲ, ਡੈਥ ਹੋ ਗਈ। ਹੋਸਪਿਟਲ 'ਚ ਲਿਆਂਦਾ ਜੀ, 2-3 ਮਹੀਨੇ ਹੋਏ ਨੇ ਜੀ। ਹਰਵਿੰਦਰ ਸਿੰਘ ਹੈ ਜੀ, ਖੱਤਰੀਵਾਲ ਪਿੰਡ ਦਾ, ਕਰੰਟ ਦੇ ਲੱਗਣ ਨਾਲ ਆਇਆ ਅਤੇ ਬਰੋਡ ਡੈਡ ਸੀ। ਆਪਾਂ ਅਗਲੀ ਕਾਰਵਾਈ ਕਰ ਰਹੇ ਹਾਂ ਉਸ ਤੋਂ ਅੱਗੇ। ਨਹੀਂ, ਪਹਿਲਾਂ ਹੀ ਸੀ, ਬਰੋਡ ਡੈਡ ਸੀ ਜੀ।